ਅੱਧ ਦੀ ਪੈ ਰਹੀ ਗਰਮੀ ਕਾਰਨ ਜੀਵ ਜੰਤੂ ਅਤੇ ਲੋਕਾਂ ਦੇ ਬੁਰੇ ਹਾਲਾਤ ਹੋਏ ਪਏ ਸੀ, ਪਰ ਸ਼ਾਮ ਨੂੰ ਤਰਨ ਤਾਰਨ ਦੇ ਵਿੱਚ ਮੁਸਲਾਧਾਰ ਬਰਸਾਤ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤੁਸੀਂ ਵੀਡੀਓ ਜ਼ਰੀਏ ਦੇਖ ਸਕਦੇ ਹੋ ਕਿ ਬਰਸਾਤ ਹੋਣ ਨਾਲ ਵੱਡੇ ਅਤੇ ਛੋਟੇ ਬੱਚੇ ਬਰਸਾਤ ਵਿੱਚ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਨੇ। ਬਾਰਿਸ਼ ਹੋਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।